ਪੰਜਾਬ ਦੇ ਵਿੱਚ ਸਿਆਸਤ ਵੀ ਬੜੀ ਭੱਖੀ ਹੋਈ ਆ, ਉਹ ਹੈ ਕਿਸਾਨਾਂ ਦੀ ਅਤੇ ਭਾਜਪਾ ਸਰਕਾਰ ਨਾਲ ਸਿੱਧੀ ਆ, ਜਿਹੜੀ ਇੱਕ ਕਹਿ ਲਓ ਕਿ ਵਾਰ ਤੇ ਅਨਿਲ ਵਿਜ ਆ ਜਿਹੜੇ ਉਦੋਂ ਗ੍ਰਹਿ ਮੰਤਰੀ ਹੁੰਦੇ ਸੀ ਅਤੇ ਗੋਲੀ ਚੱਲੀ ਸ਼ੁਭ ਕਰਨ ਦੇ ਉੱਤੇ, ਜਾਂ ਇੱਧਰ ਅਥਰੂ ਗੈਸ ਦੇ ਗੋਲੇ ਸੁੱਟੇ ਗਏ, ਸਾਰਾ ਕੁਛ। ਹੁਣ ਉਹ ਘੇਰਨ ਦਾ ਮੌਕਾ ਮਿਲ ਗਿਆ ਕਿਸਾਨਾਂ ਨੂੰ ਵੋਟਾਂ ਦੇ ਮੌਕੇ, ਔਰ ਉਹਨਾਂ ਨੇ ਮਨਾ ਲਿਆ, ਅਨਿਲ ਵਿਜ ਵੀ ਮੰਨ ਗਏ ਕਿ ਮੈਂ ਜ਼ਿੰਮੇਵਾਰ ਹੈ ਗ੍ਰਹਿ ਮੰਤਰੀ ਦੇ ਤੌਰ ਦੇ ਉੱਤੇ। ਉਦੋਂ ਜਿਹੜੀ ਗੋਲੀ ਚੱਲੀ, ਬੜੀ ਡਾਇਲੋਗ ਹੋ ਰਿਹਾ ਇੱਕ, ਉਹ ਤਸਵੀਰ ਸਾਹਮਣੇ ਨਿਕਲ ਕੇ ਆਈ ਹੈ, ਔਰ ਪੰਜਾਬ ਦੇ ਵਿੱਚ ਅਤੇ ਹਰਿਆਣੇ ਦੇ ਵਿੱਚ ਪਹਿਲਾਂ ਹੀ ਅਸਰ ਵੇਖਣ ਨੂੰ ਮਿਲ ਰਿਹਾ ਸੀ। ਭਾਜਪਾ ਦਾ ਕੋਈ ਲੀਡਰ ਨਹੀਂ ਜਿਹੜਾ ਸੁੱਕਾ ਬਚ ਕੇ ਗਿਆ ਕਿਸਾਨਾਂ ਦੇ ਸਵਾਲਾਂ ਤੋਂ, ਕਿਉਂਕਿ ਬੀਜੇਪੀ ਨੇ ਤੰਗ ਹੀ ਬਹੁਤ ਕੀਤਾ ਸੀ। ਬੀਜੇਪੀ ਨੇ ਕਿਸਾਨਾਂ ਨੂੰ ਨੱਪ ਕੇ ਰੱਖਿਆ, ਦੱਬ ਕੇ ਰੱਖਿਆ, ਬਦਨਾਮ ਕਰਨ 'ਚ ਕੋਈ ਕਸਰ ਨਹੀਂ ਛੱਡੀ। ਔਰ ਜਿਵੇਂ ਅਨਿਲ ਵਿਜ ਦੀ ਭਾਸ਼ਾ, ਉਹ ਇੱਕ ਮੰਤਰੀ ਦੀ ਭਾਸ਼ਾ ਹੁੰਦੀ ਨਹੀਂ ਸੀ, ਅੱਜ ਕੱਲ੍ਹ ਮੰਤਰੀਆਂ ਦੇ ਮੂੰਹੋਂ ਬਦਮਾਸ਼ੀ ਵਾਲੀ ਭਾਸ਼ਾ ਨਿਕਲਦੀ ਹੈਗੀ ਹੈ, ਇਹ ਸਭ ਤੋਂ ਵੱਡਾ ਦਿਖਾਂਤ ਆ ਦੇਸ਼ ਦਾ। ਅੱਜ ਜਦੋਂ ਕਿਸਾਨਾਂ ਨੇ ਅੰਬਾਲੇ ਜ਼ਿਲ੍ਹੇ ਦੇ ਪਿੰਡ ਪਜੋਖੜਾ ਦੇ ਵਿੱਚ ਘੇਰਿਆ, ਉਹਨਾਂ ਨੇ ਹੱਥ ਜੋੜੇ ਹੈਗੇ ਨੇ, ਹੱਥ ਜੋੜ ਕੇ ਖਲੋਤੇ ਸੀ, ਕਿਉਂਕਿ ਹੁਣ ਲੋਕਾਂ ਦਾ ਮੌਕਾ, ਹੁਣ ਲੋਕਾਂ ਨੇ ਦੱਸਣਾ ਹੈਗਾ ਕਿ ਤੁਸੀਂ ਕਿੰਨੇ ਸਹੀ ਹੋ ਕਿੰਨੇ ਗਲਤ ਆ। ਹੁਣ ਕਹਿ ਰਹੇ ਕਿ ਮੈਂ ਜੀ 6 ਵਾਰਾਂ ਦਾ MLA ਬਣਿਆ ਹੈਗਾ, ਤੁਹਾਡੇ ਪਿਆਰ ਸਦਕਾ MLA ਬਣਿਆ ਹੈਗਾ, ਔਰ ਤੁਸੀਂ ਰੋਕਿਆ ਤੇ ਮੈਂ ਰੁਕ ਗਿਆ ਹੈਗਾ। ਹੁਣ ਸਵਾਲ ਕਹਿੰਦੇ ਕਿ ਮੈਂ ਨਾ ਗੋਲੀ ਚਲਾਈ ਆ ਤੇ ਨਾ ਚਲਵਾਈ ਆ, ਪਰ ਮੈਂ ਹੋਮ ਮਿਨਿਸਟਰ ਸੀ ਤੇ ਮੇਰੇ ਤੇ ਪਰਚਾ ਦਰਜ ਕਰਵਾ ਦਿਓ। ਹੁਣ ਇੱਕ ਸੂਬੇ ਦਾ ਸਾਬਕਾ ਗ੍ਰਹਿ ਮੰਤਰੀ ਅਗਰ ਇਹ ਗੱਲਾਂ ਕਰ ਰਹੇ ਨੇ ਵੀ ਹੋਮ ਮਿਨਿਸਟਰ ਹੈ, ਤੇ ਤੁਸੀਂ ਫਿਰ ਜੇ ਗੋਲੀ ਨਹੀਂ ਚਲਾਈ, ਤੁਸੀਂ ਆਪਣੇ SSP ਨੂੰ ਪੁੱਛਿਆ ਵੀ ਗੋਲੀ ਕਿੰਨੇ ਚਲਾਈ ਹੈਗੀ? ਅੱਜ ਤੁਸੀਂ ਕਿਸਾਨਾਂ ਦਾ ਘੇਰਾ ਵੇਖ ਕੇ ਤੇ ਹੱਥ ਜੋੜ ਕੇ ਖਲੋਗੇ ਕਿ ਮੈਂ ਤੁਹਾਡਾ, ਤੁਸੀਂ ਮੇਰੇ, ਆਪਣੇ ਮਕਸਦ ਹੋਰ ਨੇ ਪਰ ਆਪਾਂ ਇੱਕ ਆ, ਤੇ ਫਿਰ ਤੁਸੀਂ ਰਿਪੋਰਟ ਕਿਉਂ ਨਹੀਂ, ਤੁਸੀਂ SSP ਨੂੰ ਪੁੱਛਿਆ ਸੀ ਅੰਬਾਲੇ ਦੇ ਵੀ ਗੋਲੀ ਕਿੰਨੇ ਚਲਾਈ, ਉਹ ਕੌਣ ਸੀ ਗੋਲੀ ਚਲਾਉਣ ਵਾਲੇ? ਹੁਣ ਤੁਸੀਂ ਮਲਮ ਲਾਉਣ ਦੀ ਗੱਲ ਕਰ ਰਹੇ ਹੋ, BJP ਦਾ ਹੀ ਆ, ਕਿਉਂਕਿ BJP ਨੇ ਬੰਦੇ ਮਾਰ ਕੇ ਤੇ ਮੰਨਿਆ ਨਹੀਂ ਹੈਗਾ। ਲਖਮੀਰਪੁਰ ਖੀਰੀ ਦੇ ਵਿੱਚ ਵੀ ਤੇ ਬੰਦੇ ਮਾਰੇ, ਇੱਕ ਮਿਨਿਸਟਰ ਦੇ ਮੁੰਡੇ ਨੇ, ਉਹਨੂੰ ਫੇਰ ਟਿਕਟ ਦੇ ਦਿੱਤੀ ਹੈ, ਉਹਨੇ ਮੰਨਿਆ ਕਿ ਅਸੀਂ ਬੰਦੇ ਮਾਰੇ। ਹਰਿਆਣਾ ਪੁਲਿਸ ਨੇ ਮੰਨਿਆ ਕਿ ਅਸੀਂ ਬੰਦੇ ਮਾਰੇ, ਕਿਉਂਕਿ ਸਾਡੀ ਪੰਜਾਬ ਸਰਕਾਰ ਨੇ ਉਸੇ ਦਿਨ ਪਰਚਾ ਨਹੀਂ ਦਰਜ ਕੀਤਾ। ਅਗਰ ਸਾਡੀ ਸਰਕਾਰ ਪਰਚਾ ਦਰਜ ਕਰਦੀ, ਜੇ ਕੀਤੀ ਤਾਂ 0 FIR ਕੀਤੀ, ਡਰ ਡਰ ਕੇ ਪੰਜਾਬ ਪੁਲਿਸ ਨੇ ਕੀਤੀ ਹੈਗੀ ਆ, ਉਹਦੇ BJP ਨਜਾਇਜ਼ ਫਾਇਦਾ ਚੁੱਕ ਗਈ। ਸਾਡਾ ਪੰਜਾਬ ਦਾ ਬੰਦਾ ਇਹ ਬੋਰੀ 'ਚ ਪਾ ਕੇ ਕੁੱਟ ਕੇ ਲੈ ਗਏ, ਫਿਰ ਜਾ ਕੇ ਛਡਾਇਆ ਹੈਗਾ, ਉਹ ਤਾਂ ਉਹ ਵੀ ਨਹੀਂ ਸੀ ਮੰਨਦੇ ਹੈਗੇ। ਅਤੇ ਜਿਹੀ ਸਥਿਤੀ ਦੇ ਵਿੱਚ BJP ਦਾ ਜੇ ਕੋਈ ਅੱਜ ਕਿਸਾਨ ਵਿਰੋਧ ਕਰ ਰਹੇ ਨੇ, ਤਾਂ ਕਿਸਾਨਾਂ ਦਾ ਵੀ ਗੁੱਸਾ ਵੀ ਸਾਡੀ ਲੜਾਈ ਤਾਂ ਦਿੱਲੀ ਸੈਂਟਰ ਸਰਕਾਰ ਨਾਲ ਹੀ, ਤੁਸੀਂ ਸਾਡੇ ਨਾਲ ਪੇਚਾ ਪਾ ਕੇ ਪੈ ਗਏ ਨੇ। ਉਹ ਕਹਿੰਦੇ ਕਿ ਤੁਹਾਡੀ ਉਹ ਕਹਿੰਦੇ ਕਿ ਮੈਂ ਤੇ ਤੁਹਾਡਾ, ਕਹਿੰਦੇ ਸਾਡਾ ਨਹੀਂ ਹੈ, ਸਾਡਾ ਤੇ ਤਾਂ ਫਿਰ BJP ਛੱਡ ਦੇ, ਫਿਰ ਆਜ਼ਾਦ ਹੋ ਗਿਆ, ਜਿਵੇਂ ਤੈਨੂੰ ਪਹਿਲਾਂ 6 ਵਾਰ ਜਿਤਾਇਆ ਹੁਣ ਵੀ ਜਿਤਾ ਦਾਂਗੇ। ਪਰ ਜਦੋਂ ਵੀ ਜਿਹੜਾ ਵੀ ਬੰਦਾ ਸੱਤਾ ਦੇ ਵਿੱਚ ਹੁੰਦਾ ਨਾ, ਉਹਨਾਂ ਦਾ ਦਿਮਾਗ ਕੁਦਰਤ ਤੌਰ 'ਤੇ ਖਰਾਬ ਹੋ ਜਾਂਦਾ। ਬਹੁਤ ਘੱਟ ਲੋਕ ਹੁੰਦੇ ਨੇ ਜਿਨ੍ਹਾਂ ਦਾ ਦਿਮਾਗ ਖਰਾਬ ਨਹੀਂ ਹੁੰਦਾ, 90% ਲੋਕਾਂ ਦਾ ਦਿਮਾਗ ਖਰਾਬ ਹੋ ਜਾਂਦਾ। ਚਾਹੇ ਜਿਹੜੇ ਅੱਜ ਕਹਿੰਦੇ ਨੇ ਅਸੀਂ ਆਮ ਘਰਾਂ ਦੇ ਕਾਕੇ ਹਾਂ, ਉਹ ਵੀ ਕਾਕੇ ਵਿਗੜ ਗਏ ਨੇ। ਉਹ ਹਰ ਕੋਈ ਬਦਮਾਸ਼ੀ ਕਰਨਾ ਚਾਹੁੰਦਾ, ਕਿਉਂਕਿ ਤੁਹਾਨੂੰ ਸਵੇਰ ਤੋਂ ਲਾ ਕੇ ਸ਼ਾਮ ਤੱਕ ਸਲੂਟ ਆ, ਗੱਡੀ ਦੇ ਦਰਵਾਜ਼ੇ ਖੋਲ੍ਹੇ ਜਾਂਦੇ ਨੇ, ਘਰ ਫ੍ਰੀ, ਸਭ ਕੁਛ, ਖਾਣ ਪੀਣ ਫ੍ਰੀ, ਅੰਨਾ ਪੈਸਾ। ਅੱਜ ਤੁਸੀਂ 2-2 ਸਾਲ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ MLA 22 ਦਾ ਚੋਣ ਘੋਸ਼ਣਾ ਪੱਤਰ ਉਹ ਦੇਖ ਲਓ, ਤੁਸੀਂ ਐਫੀਡੇਵਿਟ ਦੇਖ ਲਓ, ਅਤੇ ਹੁਣ ਜਿਹੜੇ ਲੜ ਰਹੇ ਨੇ, 3-3 4-4 ਕਰੋੜ ਰੁਪਈਆ ਪ੍ਰੋਪਰਟੀ ਵੱਧ ਗਈ 22 ਮਹੀਨਿਆਂ 'ਚ, ਕਿਵੇਂ ਵੱਧ ਗਈ ਹੈਗੀ ਨਾ? ਮਤਲਬ ਤੁਹਾਡੇ ਕੋਲ ਪੈਸਾ ਤਿਆਰ ਹੈ, ਇਸ ਕਰਕੇ ਸਾਰਿਆਂ ਦਾ ਦਿਮਾਗ ਖਰਾਬ ਹੋ ਜਾਂਦਾ। ਹੁਣ ਅਨਿਲ ਵਿਜ ਸਾਹਿਬ ਨੂੰ ਅੱਜ ਘੇਰਿਆ ਕਿਸਾਨਾਂ ਨੂੰ, ਕਹਿੰਦੇ ਕਿ ਮੈਂ ਹੋਮ ਮਿਨਿਸਟਰ ਸੀ ਪਰ ਮੈਂ ਗੋਲੀ ਨਹੀਂ ਚਲਾਈ। ਵੀ ਉਹ ਆਰਡਰ ਕਿੰਨੇ ਦਿੱਤੇ ਹੈਗੇ ਨੇ? ਆਰਡਰ ਤਾਂ ਕਿਸੇ ਨੇ ਦਿੱਤੇ ਹੀ ਹੋਣਗੇ ਨਾ ਜੀ। ਹੁਣ ਇਲਾਕੇ ਦਾ ਜਿਹੜਾ ਉਸ ਸਮੇਂ ਦਾ ਜਿਹੜਾ ਮੈਜਿਸਟਰੇਟ ਹੁੰਦਾ, ਉਹ ਨਾਇਬ ਤਹਿਸੀਲਦਾਰ ਵੀ ਹੁੰਦਾ, ਤਹਿਸੀਲਦਾਰ ਵੀ ਹੁੰਦਾ, SDM ਵੀ ਹੁੰਦਾ, ਠੀਕ ਹੈ ਜੀ। ਉਹ ਉਹਨੇ ਤਾਂ ਇਨਫੋਰਮ ਕੀਤਾ ਹੋਊਗਾ DC ਨੂੰ ਕਿ ਹਾਲਾਤ ਇੱਦਾਂ ਦੇ, ਪਰ ਉੱਥੇ ਹਾਲਾਤ ਵੀ ਨਹੀਂ ਸੀ ਵਿਗੜੇ।
ਬੜੀ ਵੱਧ ਤੋਂ ਬੱਤਰ ਜਦੋਂ ਸਥਿਤੀ ਹੁੰਦੀ ਨਾ ਜੰਮੂ ਕਸ਼ਮੀਰ ਜਾਂ ਨੌਰਥ ਈਸਟ ਦੇ ਵਿੱਚ, ਉਦੋਂ ਕਿਤੇ ਲੋੜ ਪੈਂਦੀ ਨਹੀਂ ਤੇ ਲੋੜ ਪੈਂਦੀ ਹੈਗੀ, ਤੇ ਜਦ ਕਿਸਾਨ ਉੱਧਰ ਗਏ ਨੀ ਤੁਸੀਂ ਦੂਰੋਂ ਗੋਲੀ ਮਾਰੀ ਹੈਗੀ, ਇਹਦਾ ਕੀ ਮਤਲਬ ਹੈਗਾ ਕਿ ਤੁਸੀਂ ਤੇ ਦੋਸ਼ੀ ਹੋ, ਤੁਸੀਂ ਮੰਨੋ ਹੁਣ ਕਹਿੰਦੇ ਬੜੇ ਟੌਰ ਨਾਲ ਕਹਿ ਰਹੇ ਕਿ ਮੇਰੇ ਤੇ ਮੁਕੱਦਮਾ ਦਰਜ ਕਰਾ ਦਿਓ, ਪਤਾ ਕਿ ਤੁਹਾਡੀ ਬੀਜੇਪੀ ਸਰਕਾਰ ਕਿਸੇ ਨੇ ਮੁਕੱਦਮਾ ਦਰਜ ਨਹੀਂ ਕਰਨਾ, ਕੱਲ ਨੂੰ ਜੇ ਕੋਈ ਦੂਜੀ ਸਰਕਾਰ ਆਜੂ ਤੇ ਲੋਕੀ ਮੁਕੱਦਮਾ ਵੀ ਦਰਜ ਕਰਵਾ ਦੇਣਗੇ, ਫਿਰ ਆਪੇ ਦੱਸਣਗੇ ਕਿ ਦੂਜਾ ਕੀ ਆ। ਪਰ ਕਿਉਂਕਿ ਚੁਣੇ ਹੋਏ ਐਮਐਲ ਮੰਤਰੀ, ਇਹਨਾਂ ਤੇ ਪਰਚੇ ਕੌਣ ਦਰਜ ਕਰਵਾਉਂਦੇ ਹੈਗੇ ਨੇ, ਜਿਵੇਂ ਬਿਨਾਂ ਵਜ੍ਹਾ ਤੋਂ ਇੱਥੇ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ਼ ਕਿ ਉਹ ਚੀਫ ਮਿਨਿਸਟਰ ਜੀ ਉਹਨੇ ਆਰਡਰ ਦਿੱਤੇ ਹੋਣਗੇ ਨਾ, ਚੁਣੇ ਹੋਏ ਨੁਮਾਇੰਦੇ ਮੰਤਰੀ ਮੁੱਖ ਮੰਤਰੀਆਂ ਦੇ ਤਾਂ ਮੁਕੱਦਮੇ ਦਰਜ ਹੁੰਦੇ ਨਹੀਂ ਅਜਿਹੇ ਕੇਸਾਂ ਦੇ ਵਿੱਚ। ਹਾਂ, ਭ੍ਰਿਸ਼ਟਾਚਾਰ ਦੇ ਮਸਲੇ 'ਚ ਕੇਸ ਰਜਿਸਟਰਡ ਹੋ ਜਾਂਦੇ ਨੇ, ਜਿਵੇਂ ਅਰਵਿੰਦ ਕੇਜਰੀਵਾਲ ਦੇ ਹੋ ਗਏ ਸੀ ਜਾਂ ਹੋਰਾਂ 'ਤੇ ਹੋ ਰਹੇ ਨੇ, ਸ਼ਿਬੂ ਸ਼੍ਰੀ ਹੇਮੰਤ ਸੋਰੇਨ 'ਤੇ ਹੋ ਗਿਆ ਜਾਂ ਹੋਰ ਮੰਤਰੀਆਂ 'ਤੇ ਹੋਏ ਨੇ। ਪਰ ਆਹ ਜਿਹੜਾ ਮਸਲਾ ਹੈਗਾ ਨਾ ਕਿਸਾਨਾਂ ਦਾ, ਕਿਸਾਨਾਂ ਕੋਲ ਇਹੋ ਵੇਲਾ ਸੀ, ਪਹਿਲਾਂ ਇਹ ਲੱਗ ਗਿਆ ਨਹੀਂ ਸੀ ਫੜਕਣ ਦਿੰਦੇ ਹੈਗੇ, ਹੁਣ ਜਿਹੜੇ ਲੋਕ ਨੇ ਜਿਹੜੇ ਵੋਟ ਨੇ ਕਦੋਂ ਘੇਰ ਸਕਦੇ ਨੇ ਕਿਸਾਨ ਸਰਕਾਰਾਂ ਨੂੰ, ਜਦੋਂ ਵਿਧਾਨ ਸਭਾ ਵੋਟਾਂ ਪੈਣ ਜਾਂ ਜੋ ਲੋਕ ਸਭਾ ਪੈਣ, ਉੱਦਾਂ ਤਾਂ ਇਹ ਲਾਗੇ ਨਹੀਂ ਲੱਗਣ ਦੇ, ਘਰ ਨਹੀਂ ਵੜ ਦਿੰਦੇ ਹੈਗੇ। ਹਾਂ, ਨੀਲ ਵਿਜੇ ਹੁਣ ਕਹਿ ਰਿਹਾ ਕਿ ਮੈਂ ਹੋਮ ਮਿਨਿਸਟਰ ਸੀ, ਮੈਂ ਗੋਲੀ ਨਹੀਂ ਚਲਾਈ ਤੇ ਨਾ ਚਲਵਾਈ, ਫਿਰ ਕੌਣ ਚਲਵਾ ਗਿਆ ਕਿ ਉਹਨਾਂ ਨੂੰ ਪੁੱਛੋ ਦੱਸੋ ਤੁਸੀਂ ਰਿਪੋਰਟ ਕਿਉਂ ਨਹੀਂ ਮੰਗੀ ਉਸ ਸਮੇਂ ਦੀ, ਮਤਲਬ ਅੱਜ ਤੁਹਾਨੂੰ ਕਿਸਾਨਾਂ ਨੇ ਘੇਰ ਲਿਆ ਤੇ ਤੁਸੀਂ ਗੱਲਾਂ ਗੋਲਮੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ।